ਇਹ ਆਕਾਸ਼ਵਾਣੀ ਜੰਮੂ ਹੈ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੈਂ ਪ੍ਰਮਿਲਾ ਜੰਵਾਲ ਵਿਸ਼ਵ ਸੇਤ ਸੰਗਠਨ ਦੀ ਪ੍ਰਮੁੱਖ ਵਿਗਿਆਨਿਕ ਡਾਕਟਰ ਸੋਮਿਆ ਸੁਮਿਨਾਥਨ ਉਹ ਰੱਖਿਆ ਜੇ ਕੋਵਿਡ ਮਹਾਮਾਰੀ ਭਾਰਤ 'ਚ ਇੱਕ ਐਸੇ ਚਰਨ 'ਚ ਦਾਖਲ ਹੋਈ ਸਕਦੀ ਹੈ ਜਿੱਥੇ ਆਬਾਦੀ ਗੀ ਸੰਕਰਮਣ ਦੇ ਕੰਨੇ ਗੇ ਜੀਨਾ ਹੁੰਦਾ ਹੈ ਤੇ ਜਿੱਥੇ ਸੰਕਰਮਣ ਦਾ ਫੈਲਾ ਪਲਿਆਂ ਏਠਲੇ ਤੇ ਦਰਮਿਆਨੇ ਸਤਰ ਤੱਕ ਦਾ ਹੋ ਹੀ ਸਕਦਾ ਹੈ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਿਨ ਰਾਵਤ ਨੇ ਆਖਿਆ ਜੇ ਅਫਗਾਨਿਸਤਾਨ ਥਮਾ ਨਿਕਲੀ ਹੈ ਭਾਰਤ ਬਖੀ ਆਉਣ ਵਾਲੀ ਕੁਸੇ ਵੀ ਆਤੰਕਵਾਦੀ ਗਤੀਵਿਧੀ ਕਨੇ ਸਖਤੀ ਨੇ ਨਿਬੜਿਆ ਜਾਗ ਜਮੂ ਕਸ਼ਮੀਰ ਚ ਗਸ਼ਤੀ ਲਾਇਬ੍ਰੇਰੀ ਵਾਲੀ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਜਾ ਰਹੀ ਹੈ ਜਿਹਦਾ ਮਕਸਦ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਭਲਿਆਂ ਦੂਰ ਤਰੇੜੇ ਤੇ ਪਛੇਤਰੇ ਇਲਾਕਿਆਂ ਚ ਪਾਠਕਾਂ ਤੱਕ ਰਪੂਜ ਬਣਾਉਣਾ ਤੇ ਉਹਨੇ ਕੀ ਉਹਦੇ ਘਰਾਂ ਕਾਸ਼ ਲਾਇਬ੍ਰੇਰੀ ਦੀ ਮੁਫਤ ਸੇਵਾ ਆਸਲ ਕਰਵਾਉਣਾ ਹੈ आजादी का अमृत महोत्सव बारे उधमपुर च फोटो प्रदर्शनी दा उद्घाटन किता गया। खबर दी तफसील शाह पहले एक स्नेया। राष्ट्र ने 18 बरेकुला मती बरेसू दे लोकेंगे ते 21 जून 2021 थमा। सरकारी केंद्र च मुफ्त कोविड-19 टीकाकरण अभियान च तेजी ले आंदी है। ਅਸੀਵਾਂ ਸਰਉਤਾਂ ਕੀ ਸਲਾਹ ਦਿੰਨੇ ਆ ਜਿਉ ਟੀਕਾ ਲਵਾਈ ਲੈਣ ਸਾਡੇ ਸਰਉਤਾਂ ਕੀ ਵੀ ਸਲਾਹ ਦਿੱਤੀ ਜਾਂਦੀ ਏ ਜੋ ਸੁਰੱਖਿਆ ਉਪਾਏ ਚ ਕਮੀ ਨਹੀਂ ਕਰਨ ਕਿ ਜੇ ਕੋਵਿਡ 19 ਦਾ ਸਾਰੇ ਜਿੰਦੂ ਪਰ ਖਤਰਾ ਅਜੇ ਵੀ ਬਣੇਦਾ ਹੈ ਮਿਹਰਬਾਨੀ ਕਰੀਏ ਜੇਕਰ ਬਾਹਰ ਜਾਣਾ ਆਤ ਜ਼ਰੂਰੀ ਨਹੀਂ ਹੋਵੇ ਤਾਂ ਘਰ ਗਿਰਵੋ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹੇ ਪਰ ਮਾਸਕ ਪਾਓ ਸਮਾਜੀਚਿੰਦੇ ਗਿਤੇ ਦੋ ਗਾਜ਼ ਦੀ ਦੂਰੀ ਰੱਖੋ ਆਥ ਤੇ ਮੂੰਹੇ ਗੀ ਸਾਫ ਸੁਥਰਾ ਰੱਖਨੇ ਪਰ ਮੁੱਖ ਧਿਆਨ ਦਿਓ ਤੇ ਕੋਵਿਡ ਥਮਾ ਬਚਾ ਵਾਲਾ ਟੀਕਾ ਲਵਾਈ ਲਾਓ ਕੋਵਿਡ ਮੁਤਲਕ ਕੁਸੇ ਜਾਣਕਾਰੀ ਤੇ ਮਾਰਗਦਰਸ਼ਨ ਗਿਤੇ ਦੁਸਰਾਸ਼ਟ ਲਾਈਨ ਨੰਬਰੇਂ ਪਰ ਸੰਪਰਕ ਕਰ ਸਕਤੇ ਹੋ ਨੰਬਰ ਨ 0123978046 ਤੇ 1075 ਉਨ ਖਬਰੇਂ ਦੀ ਤਫਸੀਲ ਕਰਨੇ ਵਿਜੇ ਪਜਾਜ ਵਿਸ਼ਵ ਸਿਹਤ ਸੰਗਠਨ ਦੀ ਪ੍ਰਮੁੱਖ ਵਿਗਿਆਨੀ ਡਾਕਟਰ ਸੌਮਿਆ ਸੁਮਿਨਾਥਨੂਰੀ ਆਖੇ ਜੇ ਕੋਵਿਡ ਮਹਾਮਾਰੀ ਪਾਰਟ ਚ ਇੱਕ ਐਸੀ ਮਹਾਮਾਰੀ ਦੇ ਰੂਪ ਵਿੱਚ ਦਾਖਲ ਹੋਈ ਸਕਦੀ ਹੈ ਜਿੱਥੇ ਆਬਾਦੀ ਗੀ ਸੰਕਰਮਣ ਦੇ ਕੰਨੇਗਾ ਜੀਣਾ ਹੁੰਦਾ ਤੇ ਜਿੱਥੇ ਸੰਕਰਮਣ ਦਾ ਫੈਲਾ ਪਲਿਆਂ ਇਠਲੇ ਤੇ ਦਰਮਿਆਨ ਇਸ ਤਰ੍ਹਾਂ ਦਾ ਹੋਈ ਸਕਦਾ ਹੈ ਭਾਰਤ ਚ ਬਣੇ ਤੇ ਕੋਵਿਡ ਰੋਦੀ ਟੀਕੇ ਕੋ ਵੈਕਸੀਨ ਕੀ ਵਿਸ਼ਵ ਸੇਤ ਸੰਗਠਨ ਪਾਸਯਾ ਮਨਜ਼ੂਰੀ ਦਿੱਤੇ ਜਾਣੇ ਪਰ ਉਹਨੇ ਆਖਿਆ ਜੇ ਮੇਦ ਹੈ ਜੇ ਸੰਗਠਨ ਦਾ ਤਕਨੀਕੀ ਵਿਸ਼ੇਸ਼ਗਿਆ ਸਮੂਹ ਕੋ ਵੈਕਸੀਨ ਦੀ ਇਲਾਜ ਸਰਬੰਦੀ ਸਮਰਥ ਤਮਸੰਤੁਸ਼ਟੋਗ ਤੇ ਸਤੰਬਰ ਮਹੀਨੇ ਦੇ ਮਜਾਟ ਤੱਕ ਇਸ ਟੀਕੇ ਕੀ ਮਨਜ਼ੂਰੀ ਥੋਈ ਸਕਦੀ ਹੈ ਡਾਕਟਰ ਸਾਮੀਨਾਥ ਨੌਰਿਆ ਆਖਿਆ ਜੇ ਬਰੇ 2022 ਦੀ ਅਖੀਰ ਤੋੜੀ ਦੁਨੀਆ ਦੇ ਮੁਲਕ 70% ਤੱਕ ਕੋਵਿਡ ਟੀਕੇ ਲਾਉਣ ਦਾ ਲਕਸ਼ਾ ਅਸਲ ਕਰੀ ਸਕਦੇ ਨ ਤੇ ਤਦੋਂਗੇ ਅਲਾਤ ਸਮਾਨਯ ਉਹਨੇ ਦੀ ਮੇਦ ਕੀਤੀ ਜਾ ਸਕਦੀ ਹੈ ਬੱਚਿਆਂ 'ਚ ਕੋਵਿਡ ਸੰਕਰਮਣ ਦੇ ਬਾਰੇ ਚੁਣੀ ਆਖਿਆ ਜੇ ਅਭਿਵਾਂਕਿਆਂ ਕੀ ਚਿੰਤਾ ਕਰਨੀ ਦੀ ਲੋੜ ਨਹੀਂ ਹੈ ਕਿ ਇਹ ਜੇ ਬੱਚਿਆਂ ਉਪਰ ਕੋਵਿਡ ਦਾ ਅਸਰ ਬੜਾ ਅਲਕਾਉਂਦ ਹੈ ਪਰ ਹਸਪਤਾਲਾਂ 'ਚ ਬੱਚੇ ਕੀ ਪਰਤੀ ਕਰਨ ਲਈ ਪੂਰੀ ਬਵਸਥਾ ਕਰਨੇ ਪਰ ਧਿਆਨ ਦੇਣ ਦੀ ਮਤੀ ਲੋੜ ਹੈ ਮੁਲਕ ਪਰ ਅਜ ਅਜੰਡਾ ਅਗਰ ਕੋਵਿਡ 'ਚ ਬਚਾ ਲੇ 59 ਕਰੋੜ 55 ਲੱਖ 4593 ਟੀਕੇ ਲਾਇਜਾਈ ਚੁਕੇ ਦਿਨ ਛੜੇ ਪਿਛਲੇ 24 ਘੰਟੇ ਦੇ ਦੌਰਾਨ ਗੇ ਮੁਲਕ ਪਰ ਅਜ 61 ਲੱਖ 90930 ਲੋਕਾਂ ਕੀ ਟੀਕੇ ਲਾਇਗੇ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਕੇ ਮੁਲਕ ਪਰ ਅਜ ਕੋਵਿਡ ਕਾਰਨ 648 ਮਰੀਜ਼ਾਂ ਦੀ ਮੌਤ ਹੋਈ ਹੈ ਜ ਜਿਨੇ ਕੀ ਮਿਲਾਈਏ ਮੁਲਕ ਚ ਅਜਿੰਦਕਰ ਇਸਮਾਮ ਮਾਰੀ ਕਾਰਨ ਜਾਨਮੁਆਨੀ ਲਿੰਦੀ ਗਿਣਤਰੀ ਵਧੀ ਕੇ 435758 ਤੱਕ ਅਰਜੈਪੁਰ ਜੀ ਹੈ ਤੋ ਅਹੀਂ ਪਿਛਲੇ 24 ਘੰਟਿਆਂ ਦੇ ਦੌਰਾਨ ਕੇ ਮੁਲਕ ਪਰ ਅਥਮਾ ਕੋਵਿਡ ਦੇ 37593 ਨਵੇਂ ਮਾਮਲੇ ਵੀ ਸਾਹਮਣੇ ਆਏ ਨ ਜਿਨੇ ਕੀ ਮਿਲਾਈਏ ਦੇਸਾ ਚ ਅਜਿੰਦਕਰ ਸਾਹਮਣੇ ਆਏਗੇ ਤੇ ਕੋਵਿਡ ਦੇ ਕੁੱਲ ਮਾਮਲਿਆਂ ਦੀ ਗਿਣਤਰੀ ਵਧੀ ਹੈ 3 ਕਰੋੜ 22 ਲੱਖ 372 ਹੋਈ ਗਈ ਹੈ ਨਵੀਂ ਦਿੱਲੀ ਚ ਇੱਕ ਆਯੋਜਨ ਚ ਬੋਲਦੇ ਹੋਏ ਰੱਖਿਆ ਪ੍ਰਮੁੱਖ ਜਨਰਲ ਵਿਪਨ ਰਾਵਤੋ ਨੇ ਆਖਿਆ ਜੇ ਭਾਰਤ ਅਫਗਾਨਿਸਤਾਨ ਚ ਤਾਲਿਬਾਨ ਪਾਸਿਆ ਸੱਤਾ ਪਲਟ ਨੇ ਤੇ ਮਗਰਾ ਪੈਦਾਉਣੀ ਵਾਲੀ ਸਥਿਤੀ ਬਾਰੇ ਜਾਣਕਾਰ ਹ ਉਹਨੀਆਂ ਆਖਿਆ ਜੇ ਸੁਰੱਖਿਆ ਬਲ ਇਸ ਗੱਲਾ ਕੀ ਪੱਕਾ ਕਰਨ ਜੇ ਅਫਗਾਨਿਸਤਾਨ ਥਮਾ ਪਾਰ ਤਾਲਿਬੇ ਠਾਉਣ ਵਾਲੀ ਕੁਸਬੀ ਆਤੰਕਵਾਦੀ ਗਤੀਵਿਧੀ ਕਰਨੇ ਠੀਕ ਉਸ ਸੇ ਚਾਲਿਕਨ ਨਿਪੜਿਆ ਜਾ ਜਿੱញ ਆਤੰਕਵਾਦ ਕਰਨੇ ਨਿਪੜਿਆ ਜਾਂਦਾ ਹੈ ਸਰਕਾਰ ਸਭਨੇ ਸਿਆਸੀ ਪਾਰਟੀਆਂ ਦੇ ਸੰਸਦੀ ਲੀਡਰਿੰਗ ਦੀ ਕੱਲ ਇੱਕ ਮੀਟਿੰਗ ਲਾਈ ਹੈ ਅਫਗਾਨਿਸਤਾਨ ਦੀ ਸਥਿਤੀ ਬਾਰੇ ਜਾਣਕਾਰੀ ਦੇਗ ਆਪਣੇ ਇੱਕ ਟਵੀਟ ਚ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਉਹ ਰਿੰਦਸਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਨਿਰਦੇਸ਼ ਦਿੱਤੇ ਦਿਨ ਜੇ ਵਿਦੇਸ਼ ਮੰਤਰਾਲੇ ਕੱਲ ਸੰਸਦੀ ਲੀਡਰਿੰਗ ਕੀ ਅਫਗਾਨਿਸਤਾਨ ਦੀ ਸਥਿਤੀ ਬਾਰੇ ਜਾਣਕਾਰੀ ਦੇਗ ਲਾਇਬ੍ਰੇਰੀਆਂ ਤੇ ਸ਼ੋਧ ਸਰਬੰਧੀ ਮਹਿਕਮੇ ਪਾਸਿਆ ਕੋਲਕਾਤਾ ਦੇ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ ਕਰਨੇ ਰਲੀ ਹੈ ਜੰਮੂ ਕਸ਼ਮੀਰ ਚ ਗਸ਼ਤੀ ਲਾਇਬ੍ਰੇਰੀ ਵਾਲੀ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਜਾ ਕਰਦੀ ਹੈ ਇਹ ਦਾ ਮਕਸਦ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਭਲਿਆਂ ਦੂਰ ਦਰੇਡੇ ਤੇ ਪਛੇਤਰੇ ਇਲਾਕਿਆਂ ਚ ਰਵਾ ਕਰਦੇ ਪਾਠਕਾਂ ਤੱਕ ਪੁੱਜ ਬਣਾਣਾ ਤੇ ਉਹਨੇ ਕੀ ਉਹਦੇ ਘਰੇ ਕਾਸ਼ ਲਾਇਬ੍ਰੇਰੀ ਦੀ ਮੁਫਤ ਸੇਵਾ ਉਪਲਬਧ ਕਰਵਾਣਾ ਹੈ ਕੈਂਟਰਸ਼ਾਸਤ ਪ੍ਰਦੇਸ਼ ਸਤਰ ਦੀ ਲਾਇਬ੍ਰੇਰੀ ਸਲਾਹਕਾਰ ਤੇ ਖਰੀਦ ਕਮੇਟੀ ਦੀ ਦੌਂ ਦਿਨੇ ਦੀ ਬੈਠਕਾ ਦੇ ਖੀਰੀ ਸਤਰ ਦਰਾਨ ਅੱਜ ਇਸ ਬਾਰੇ ਐਲਾਨ ਕਰਦੀ ਹੋਈ ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਅਜੀਤ ਪ੍ਰਤਾਪ ਸਿੰਘ ਨੂੰ ਰਿਕਲਾਇਆ ਜੇ ਇਹ ਪਹਿਲ ਕਦਮੀ ਜਮ ਕਸ਼ਮੀਰ ਦੇ ਸਭਨੇ ਜ਼ਿਲ੍ਹਿਆਂ ਚ ਸ਼ੁਰੂ ਕੀਤੀ ਜਾਗ ਤਾਂ ਚੇ ਐਸੇ ਇਲਾਕਿਆਂ ਚ ਵੀ ਲਾਇਬ੍ਰੇਰੀ ਦੀ ਸਹੂਲਤ ਉਪਲਬਧ ਕਰਵਾਈ ਜਾイ ਸਕੇ ਜਿੱਥੇ ਸਰਵਜਨਿਕ ਲਾਇਬ੍ਰੇਰੀ ਤਪਨਾ ਬੜਾ ਔਖਾ ਕੰਮ ਹੁੰਦਾ ਹੈ ਉਨੇ ਐਲਾਨ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਸਤਰ ਦੀ ਲਾਇਬ੍ਰੇਰੀ ਸਲਾਹਕਾਰ ਤੇ ਖਰੀਦ ਕਮੇਟੀ ਦੀਆਂ ਸਿਫਾਰਸ਼ਾਂ ਮੁਜਬ ਜੰਮੂ ਕਸ਼ਮੀਰ ਦੀਆਂ ਦੋ ਲਾਇਬ੍ਰੇਰੀਆਂ ਰਜੋਰੀ ਕਦਲ ਸ਼ਟਨਗਰਾਲੀ ਗਨੀ ਮੈਮੋਰੀਅਲ ਸੈਂਟਰਲ ਲਾਇਬ੍ਰੇਰੀ ਤੇ ਜ਼ਿਲ੍ਹਾ ਲਾਇਬ੍ਰੇਰੀ ਸੰਬਾਦਾ ਲਾਇਬ੍ਰੇਰੀਆਂ ਸਰਬੰਦੀ ਰਾਸ਼ਟਰੀ ਮਿਸ਼ਨ ਦੇ ਤਹਿਤ ਦਰਜਾ ਵਧਾਇਆ ਜਾਗ ਕਮੇਟੀ ਨੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਜੰਮੂ ਅਲੀ ਐਸ ਆਰ ਐਸ ਲਾਇਬ੍ਰੇਰੀ ਤੇ ਸ਼ਟਨਗਰਾਲੀ ਐਸ ਪੀ ਐਸ ਲਾਇਬ੍ਰੇਰੀ 'ਚ ਆਈਟੀ ਹੱਬ ਸਥਾਪਿਤ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ केंद्रीय सेहत ਤੇ ਪਰਿਵਾਰ ਕਲਿਆਣ ਮੰਤਰੀ ਮਨਸੂਖ ਮਾਂਡਵੀਆ ਨੇ ਆਖਿਆ ਜੇ ਕੇਂਦਰ ਸਰਕਾਰ ਨੇ ਰਾਜਯੰਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੁਜ਼ਾਰਿਸ਼ ਕੀਤੀ ਹੈ ਜਿ ਸਭਨੇ ਸਕੂਲਾਂ ਤੇ ਅਧਿਆਪਕਾਂ ਦੀ ਪਹਿਲ ਦੀ ਬਿਨਾ ਉਪਰ ਕੋਵਿਡ ਸ਼ਾ ਬਚਾਅਲਾ ਟੀਕਾ ਲਾਇਆ ਜਾਣਾ ਲੋੜ ਚਦਾ ਇੱਕ ਟਵੀਟ ਸਨੇ ਚ ਮਾਂਡਵੀਆ ਨੇ ਆਖਿਆ ਜੇ ਰਾਜਯੰਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 5 ਸਤੰਬਰ ਦੀ ਮਨਾਏ ਜਾਣੇ ਵਾਲੇ શિક્ષਕ ਦਿਵਸ ਕੋਲਾ ਪਹਿਲੇ ਟੀਕਾਕਰਣ ਕਰ ਲੈਣੇ ਲਈ ਆਖਿਆ ਗਿਆ ਹੈ ਉਨੀਆਖਿਆ ਜੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੀ ਇਸ ਸਰਬੰਧ ਚ 2 ਕਰੋੜ ਕੋਲਾ ਮਤੇ ਟੀਕੇ ਉਪਲਬਧ ਕਰਵਾਇਆ ਜਾਕਰ ਦਿਨ ਐਟੀਕੇ ਇਸਮੀ ਨੇ ਸਭਨੇ ਰਾਜਾਂ ਕੀ ਦਿੱਤੇ ਜਾਣਿਆਲੇ ਟੀਕੇ ਥਮਾ ਬਾਦੂ ਓਂਗਨ ਭਾਰਤ ਦੀ ਆਜ਼ਾਦੀ ਦਾ 75ਵਾਂ ਬਰਸ ਸ਼ੁਰੂ ਹੋਣ ਦੇ ਸਿਲਸਿਲੇ ਚ ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰਿਕਾਂਜ ਜਨਦੀ 9 ਅਗਸਤ ਥਮਾ ਪੇਸ਼ ਕਰਾ ਕਰਦਾ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਦੇ ਤਹਿਤ ਹਰ ਸੋਮਵਾਰੇ ਬੱਦਲੇ ਨੰਬੀ ਵਾਲੇ ਡੋਗਰੀ ਬੁਲਟਨ ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ শ্রোਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜੀ ਸਕਦੇ ਨੇ ਸਭਨੇ ਸ਼ਹਿ ਪਹਿਲੇ ਜਵਾਬ ਭੇਜਣ ਵਾਲੇ ਤਰੋਂ শ্রোਤਾئیں گی ਜੇਤੂ ਕੋਸ਼ਿਤ ਕੀਤਾ ਜਾਂਦਾ ਤੇ ਉਹਦੇ ਨਾਂ ਦਾ ਐਲਾਨ ਅਗਲੇ ਰੋਜ਼ ਮੰਗਲਵਾਰ ਬੱਦਲੇ ਵਾਲੇ ਡੋਗਰੀ ਬੁਲਟਨ ਚ ਕੋਸ਼ਿਤ ਕੀਤਾ ਜਾਂਦਾ ਹੈ শ্রোਤਾئیں ਅਕੀ ਅਪੀਲ ਹੈ ਜਿਉਂ ਜਵਾਬ ਦੇ ਕੰਨ ਆਪਣਾ ਪੂਰਾ ਪਤਾ ਵੀ ਲਿਖਨ ਤਾਂ ਚ ਜੇਤੂਏ ਕੀ ਸਰਟੀਫਿਕੇਟ ਡਾਕ ਦੇ ਰਾਹੀਂ ਉਹਦੇ ਘਰ ਹ ਤਕਰ ਪਹੁੰਚਾਈ ਜਾ ਸਕਨ ਇਹ ਖਬਰਾਂ ਉਸ ਆਕਾਸ਼ਵਾਣੀ ਜੰਮੂਤਵਾ ਸੁਨਾਰਦੀ ਹੋ। ਹੁਣ ਬਾਕੀ ਦੀਆਂ ਖਬਰਾਂ ਕਰਨੇ ਪ੍ਰੋਮਿਲਾ ਜਮਵਾਲ। ਆਜ਼ਾਦੀ ਦੇ 75 ਬਰੰ ਦੇ ਸਿਲਸਿਲੇ 'ਚ ਮਨਾਇਆ ਜਾ ਰਿਹਾ ਦੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਇੱਕ ਸੇਦਿਤ ਤੌਰ 'ਤੇ ਉਦੰਪੁਰ ਚ ਦਾਉ ਦਿਨ ਲਈ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਸ ਨਮਾਇਸ਼ ਦਾ ਆਯੋਜਨ ਸੂਚਨਾ ਪ੍ਰਸਾਰਣ ਮੰਚਾਲੇ ਦੇ ਪ੍ਰਾਂਤਕੀਆ ਆਊਟਰੀਚ ਬਿਊਰੋ ਆਸਿਆ ਕੀਤਾ ਗਿਆ ਹੈ। ਨੁਮਾਇਸ਼ ਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਬਖ-ਬਖ ਪਹਿਲੂਆਂ ਦੀ ਉਜਾਗਰ ਕੀਤਾ ਗਿਆ ਤੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਵੱਲ ਮਤਾ ਕਰੀਏ ਧਿਆਨ ਕੇਂਦਰਿਤ ਕੀਤਾ ਗਿਆ ਹੈ ਡਾਂਡੀ ਮਾਰਚ ਬਾਰੇ ਇੱਕ ਵਿਸ਼ੇਸ਼ ਯਾਦਗਿਰੀ ਸਤਰ ਲਵਾਇਆ ਗਿਆ ਇਸ ਮੌਕੇ ਪਰ ਬੋਲਦੇ ਹੋਏ ਇੰਦੂ ਕਮਲ ਚਿੱਬੂ ਨੇ ਆਖਿਆ ਜੇ ਇਸ ਨੁਮਾਇਸ਼ ਕਰਨ ਨੇ ਅਸਾਂ ਕੀ ਆਪਣੇ ਸੁਤੰਤਰਤਾ ਸੈਨਾਨੀਆਂ ਬਾਰੇ ਜਾਣਨੇ ਦਾ ਮੌਕਾ ਆਸ ਲੋਕ ਵਿਦਿਆਰਥੀ ਤੇ ਨੌਜਵਾਨ ਪੀੜ੍ਹੀ ਇਸ ਫੋਟੋ ਪ੍ਰਦਰਸ਼ਨੀ ਥਮਾ ਪ੍ਰੇਰਣਾ ਹਾਸਲ ਕਰ ਸਕਦੇ ਨੇ ਉਨੇ ਆਖਿਆ ਆਜ਼ਾਦੀ ਦੇ ਅੰਮ੍ਰਿਤ ਮਹੋਤਸਵਾ ਮ ਭਾਰਤ ਦੀ ਆਜ਼ਾਦੀ ਦੇ 75 ਬਰਿਆਂ ਦੀਆਂ ਉਪਲਬਧੀਆਂ ਕੀਤਾ ਜਾਇ ਸਕਦਾ ਹੈ ਸੁਪਰੀਮ ਕੋਰਟ ਅਸੇ ਦਿੱਤੇਗੇ ਦੇ ਨਿਰਦੇਸ਼ਾਂ ਦੀ ਪਾਲਣਾ ਤੇ ਜ਼ਿਲ੍ਹਾ ਕਾਨੂੰਨੀ ਸੇਵਾ ਪ੍ਰਾਧਾਨ ਪਾਸੇ ਆ ਤਿਆਰ ਮਾਨਕ ਸੰਚਾਲਨ ਆਲੀਏ ਪ੍ਰਕਿਰਿਆਵਾਂ ਮੁਜਬ ਅੰਡਰ ਟ੍ਰਾਇਲ ਜਾਇਜ਼ਾ ਕਮੇਟੀ ਨੇ ਜੇਲ੍ਹ ਚ ਬੰਦ ਸਭ ਨੇ ਅੰਡਰ ਟ੍ਰਾਇਲ ਕੈਦੀਆਂ ਦੇ ਮਾਮਲੇ ਦਾ ਜਾਇਜ਼ਾ ਲੈਣ ਕੀਤਾ ਅੱਜ ਜ਼ਿਲ੍ਹਾ ਜੇਲ੍ਹ ਪਤ ਦਰਵਾਜ਼ਾ ਨਿਰੀਖਣ ਕੀਤਾ ਆਪਣੇ ਦੌਰੇ ਦੌਰਾਨ ਕਮੇਟੀ ਦੇ ਮੈਂਬਰੇ ਕੈਦੀਆਂ ਕੀ ਉਪਲਬਧ ਬੁਨਿਆਦੀ ਸਹੂਲਤਾਂ ਜਿਹਾ ਪੀਣੇ ਵਾਲਾ ਪਾਣੀ ਰੋਟੀ ਮੈਡੀਕਲ ਦੇਖਭਾਲ ਸਾਫ ਸਫਾਈ ਰਸੋਈ ਸ਼ੌਚਾਲੇ ਬੈਰਕੇ ਤੇ ਹੋਰਨੀਆਂ ਸਹੂਲਤਾਂ ਦਾ ਜਾਇਜ਼ਾ ਲਤਾ ਕਮੇਟੀ ਨੇ ਕਿਸ਼ ਕੈਦੀਆਂ ਕਨੇ ਗੱਲਬਾਤ ਕਰੀਏ ਹੁੰਦੀਆਂ ਸਮੱਸਿਆਆਂ ਕੀ ਸੁਨਿਆ ਤੇ ਸਰਬੰਧਤ ਅਧਿਕਾਰੀਆਂ ਕੀ ਮੌਕੇ ਪਰ ਗੇ ਨਿਰਦੇਸ਼ ਜਾਰੀ ਕੀਤੇ ਜੇ ਹੁੰਦੀਆਂ ਜਾਇਜ਼ ਸਮੱਸਿਆਆਂ ਦਾ ਤੁਰਤ ਨਬੇੜਾ ਕਰਵਾਇਆ ਜਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਸੀਮ ਗੁਪਤਾ ਔਰ ਸਾਡੇ ਸੰਵਾਦਦਾਤਾ ਕਨੇ ਗੱਲ ਕਰਦੇ ਹੋਏ ਆਖਿਆ ਜੇ ਅਸ ਅਫਗਾਨਿਸਤਾਨ ਚ ਜੇ ਕੁਛ ਹੋਆ ਕਰਦਾ ਹੈ ਉਹਦੀ ਨਿੰਦਿਆ ਕਰਨੇ ਆ ਅਲਪ ਸੰਖਿਅਕ ਸਮੁਦਾਇ ਉਥੋਂ ਨਸਾ ਕਰਦਾ ਹੈ ਅਫਗਾਨਿਸਤਾਨ ਦੇ ਇੱਕ ਸੰਸਦ ਵੀ ਆਪਣੀ ਜਾਨ ਬਚਾਈਏ ਨਵੀਂ ਦਿੱਲੀ ਪੁੱਜਣ ਇਥੋਂ ਦੇ ਅਫਸਰ ਵੀ ਆਪਣੀ ਜਾਨ ਬਚਾਣੇ ਲਈ ਉਥੋਂ ਨਸਾ ਕਰਦੇ ਨੇ ਇਹ ਹਾਲਾਤ ਪੂਰੀ ਦੁਨੀਆ ਲਈ ਠੀਕ ਨਹੀਂ ਹਨ ਜਿਸ ਲਈ ਅਫਗਾਨਿਸਤਾਨ ਤੋਂ ਮੀਡੀਆ ਵੀ ਨਸੀ ਜਾਗ ਤਾਂ ਲੋਕਵਾਦ ਦਾ ਚੌਥਾ ਥੰਮ ਖਤਮ ਹੋ ਜਾਗ हम इसको बड़ा कंटेम्प करते हैं जिस तरह से वहाँ पर माइनॉरिटीज भाग रही हैं वहाँ के मेंबर पार्लियामेंट हैं वो भाग रहे हैं कल ही एक मेंबर पार्लियामेंट उनकी मुस्लिम है वो बेचारी हिंदुस्तान में शरणार्थी बन के आए हैं गवर्नमेंट के लोग भाग रहे हैं वहाँ पर कोई लॉ एंड ऑर्डर सिचुएशन नहीं रही है कोई संभालने वाला नहीं है और पूरे वर्ल्ड के लिए ये अच्छा पैगाम नहीं है और जो इनको सपोर्ट कर रही है जो कंट्रीज वो खुद भी इसकी बोगी बनेगी क्योंकि जहाँ पर मीडिया भी भाग रहा है जो पिल्लर्स कहे जाते हैं डेमोक्रेसी के वो सारे खत्म हो रहे हैं तो उस हिसाब से हम उस चीज को ਉਹੜਾ ਕੰਟੈਂਪਟ ਕਰਤੇ ਹੈ ਕਿ ਜੋ ਅਫਗਾਨਿਸਤਾਨ ਮੇ ਹੋ ਰਹਾ ਉਹ ਗਲਤ ਹੋ ਰਹਾ ਅਫਗਾਨਿਸਤਾਨ ਚ ਨਾ ਇਨਸਾਨੀਅਤ ਜਿੰਦਾ ਰਦੀ ਦੀ ਇਹਨਾਂ ਲੋਕਵਾਦ ਕਸ਼ਮੀਰੀ ਸਿੱਖ ਵਿਸਥਾਪਿਤ ਐਸੋਸੀਏਸ਼ਨ ਦੇ ਅਧਿਐਖ ਹਰਮਿੰਦਰ ਸਿੰਘ ਉਨੇ ਆਖਿਆ ਜੇ ਪਿਛਲੇ 15 ਦਿਨਾਂ ਤਮਾ ਜੀ ਅਫਗਾਨਿਸਤਾਨ ਚ ਇੰਧੂਏ ਤੇ ਸਿੱਖੇ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ ਉਹਦੀ ਸਖਤ ਨਿੰਦਿਆ ਕੀਤੀ ਜਾਣੀ ਲੋੜਦੀ ਉਹਨੇ ਆਖਿਆ ਪਿਛਲੇ 175 ਬਰੇ ਦਿਨਾਂ ਤਮਾ ਅਲਪ ਸੰਖਿਆ ਕ ਅਫਗਾਨਿਸਤਾਨ ਚ ਰਵਾਰ ਦੇ ਤੇ ਓਨ ਓਨੇ ਕੀ ਖਦੇੜਿਆ ਚਰਦਾ ਹੈ आपके द्वारा बताना चाहता हूं कि जो घटनाक्रम पिछले पंद्रह दिन से अफगानिस्तान में हो रहा है जो वहां अल्पसंख्यक लोगों के साथ जो बर्ताव किया जा रहा है जिसमें सिख हिंदू और वहां के बहुसंख्यक लोग जो अफगानिस्तान की राष्ट्रीय एकता में यकीन रखते हैं उनके साथ जो बर्बत्ता का व्यवहार किया जा रहा है उसकी हम घोर निंदा करते हैं ਕੇਂਜੀ ਮੰਚੀ ਮੰਡਲ ਨੇ ਕਮਾਂਡੇਗੀ ਤੇ ਉਨੇ ਤੱਕ ਦੀ ਸਬਨੇ ਸ਼ਮਤੀ ਵਾਜਬ ਤੇ ਮੁਨਾਫੇ ਅਲੀ ਕੀਮਤ 290 ਰੁਪਏ فی ਕਿੰਟਲ ਤੱਕ ਕੀਤੀ ਹੈ ਵਣਜ ਤੇ ਉਪਭੋਗਤਾ ਮਾਮਲੇ ਤੇ ਸਾਰਵਜਨਿਕ ਵੰਡ ਸਿਸਟਮ ਚਾਲੀ ਦੇ ਮੰਤਰੀ ਪਿਊਸ਼ ਗੋਇਲੋ ਰਿਹਾ ਕਿਹਾ ਜੇ ਇਸ ਫੈਸਲੇ ਕਰਨਾ ਹੈ 5 ਕਰੋੜ ਗੰਨਾ ਕਰਸਾਨੇ ਤੇ ਉਹਦੇ ਆਸ਼ਰਿਤਾਂ ਕੀ ਫਾਇਦਾ ਪੁਜਗ ਅੱਜ ਦੇ ਪੈਰੀ ਮੀਡੀਆ ਅਲਿੰਕ ਨੇ ਗੱਲ ਕਰਦੇ ਹੋਏ ਮੰਤਰੀ ਰਿਹਾ ਕਿਹਾ ਜੇ ਇਹਦੇ ਨੇ ਖੰਡੂ ਵਾਲੀਏ ਮੇਲੇ ਚ ਕੰਮ ਕਰਨ ਵਾਲੇ 5 ਲੱਖ ਕਾਮਗਾਰੀਂ ਕੀ ਵੀ ਬੜਾ ਮਤਾ ਫਾਇਦਾ ਪੁਜਗ ਟੋਕੀਓ 2020 ਪੈਰਾਲੀੰਪਿਕ ਖੇਡਾਂ 'ਚ ਭਾਰਤ ਅੱਜ ਪੈਰਾ ਟੇਬਲ ਟੈਨਿਸ ਖਿਡਾਰੀਆਂ ਸੋਨਲ ਪਟੇਲ ਤੇ ਭਾਵਿਨਾ ਪਟੇਲ ਦੇ ਆਪਣੇ ਆਪਣੇ ਵਰਗਾਂ 'ਚ ਮੁੰਡਲੇ ਰਾਉਂਡਸ ਦੀ ਖੇਡ ਕਰਨੇ ਸ਼ੁਰੂਆਤ ਕਰੇ ਗਰੁੱਪ ਸਟੇਜ ਖੇਡਾਂ 'ਚ ਆਪਣੇ ਪਹਿਲੇ ਮੈਚ 'ਚ ਦਮੇ ਖੜਾਰੇ ਚੀਨੀ ਖਿਡਾਰੀਆਂ ਕਨੇਪਿਡਗਨ ਮਹਿਲਾਇਨ ਦੇ ਇਕਲੇ ਇਕਲੇ ਵਾਲੇ ਕਲਾਸ 3 ਗਰੁੱਪ ਡੀ ਮੈਚੇਜ 'ਚ ਸੋਨਲ ਪਟੇਲ ਚੀਨ ਦੀ ਲੀ ਜੀਆਨ ਕੰਨੇ ਤੇ ਭਾਵਿਨਾ ਪਟੇਲ ਮਹਿਲਾਇਨ ਦੇ ਇਕਲੇ ਇਕਲੇ ਵਾਲੇ ਕਲਾਸ 4 ਗਰੁੱਪ ਏ ਮੈਚੇਜ 'ਚ ਚੀਨ ਦੀ ਜਾਓ ਜਿੰਗ ਕੰਨੇ ਮੈਚ ਲਾਗ ਜਾਓ ਜਿੰਗ ਇਸ ਵਰਗ 'ਚ ਵਿਸ਼ਵ ਦੀ ਦੂਏ ਨੰਬਰ ਦੀ ਖੜਾਰੇ ਨੇ ਪੈਰਾ ਐਥਲੀਟ 25 ਅਗਸਤ ਤੋਂ 5 ਸਤੰਬਰ ਤੋੜੀ 12 ਦਿਨੇ ਤੱਕ ਨਵੇਂ ਖੇਡਿੰਜ ਇਸ ਸਲੰਗਨ ਕਲਬੁਦਵਾਰੇ ਹਫਤੇ ਹਫਤੇ ਮਗਰ ਕੀਤੀ ਜਾਣੇ ਵਾਲੀ ਬਰਮਤੀ ਕਰੀ ਸ਼ਿਨਗਰ ਜੰਮੂ ਰਾਸ਼ਟਰੀ ਜਨਿਆਲੀ ਸੜਕ ਟ੍ਰੈਫਿਕ ਦੀ ਆਉਜਾਈ ਲਈ ਬੰਦ ਰੋਗ ਉਹ ਸੰਖਿਆ ਸਿਤ ਲਦਾਖ ਕੀ ਕਸ਼ਮੀਰ ਕਨ ਜੋੜਨੇ ਅਲਾ ਰਾਸ਼ਟ ਰਾਜਮਾਰਗ 86 ਕਿਲੋਮੀਟਰ ਲੰਮੀ ਇਤਿਹਾਸਿਕ ਮੁਗਲ ਸੜਕ ਤੇ ਅਨੰਤਨਾਗ ਸਿੰਥਨ ਕਿਸ਼ਤਵਾਰ ਸੜਕਾਂ ਟ੍ਰੈਫਿਕ ਦੀ ਆਉਜਾਈ ਲਈ ਖੁੱਲੀਆਂ ਰਾਵਗਨ ਅਵੀ ਦੇ ਵਾਰੀ ਮੌਸਮ ਸਾਫ ਰਹਾ ਨੇ ਤੇ ਸੜਕਾਂ ਦੀ ਸਥਿਤੀ ਦਿਖਿਏਗੀ ਟ੍ਰੈਫਿਕ ਛੋੜੀ ਜਾਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਸਮੀ ਨੇ ਦਿਨਤੀ ਤਰੀਕੇ ਦੀ ਆਕਾਸ਼ਵਾਣੀ ਦੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਏ ਦੇਸ਼ ਵਿਦੇਸ਼ ਚ ਰਹਾਣੇ ਵਾਲੇ ਲੋਕਾਂ ਕਨੇ ਆਪਣੇ ਵਿਚਾਰ ਸਾਂਝੇ ਕਰਗਣ ਇਹ ਇਸਮਾਂਵਾਰ ਰੇਡੀਓ ਪ੍ਰੋਗਰਾਮ ਦੀ ਅਸਮੀ ਕਿਸ਼ਤੋ ਪ੍ਰਧਾਨ ਮੰਤਰੀ ਮੋਦੀ ਹੋ ਰ ਲੋਕਾਂ ਕੀ ਅਪੀਲ ਕੀਤੀ ਹੈ ਜੇ ਉਹ ਆਪਣੇ ਸੁਝਾ ਤੇ ਵਿਚਾਰ ਉnde ਕਨੇ ਸਾਂਝੇ ਕਰਗਣ ਲੋਕ ਆਪਣੇ ਵਿਚਾਰ ਤੇ ਸੁਝਾ ਨਮੋ ਐਪ ਯਾ ਮਾਈ ਗੋਵ ਪਰ ਬਨਾਏ ਗਏ ਦੇ ਵਿਸ਼ੇਸ਼ ਓਪਨ ਫੋਰਮ ਪਰ ਸਾਂਝੇ ਕਰੀ ਸਕਦੇ ਇਹ ਦੇ ਕਨੇ ਕੇ ਖਬਰਿੰਦਾ ਇਬਲੀਟਨ ਸਮਪਤ ਹੋ